ਨਵਰਾਤੇ ਚ ਮਾਂ ਦੁਰਗਾ ਨੂੰ ਪਸੰਦ ਹਨ ਇਹ ਨੌ ਭੋਗ। ਜਾਣੋ ਕਿਸ ਦਿਨ ਕਿਹੜਾ ਲਗਾਉਣਾ ਹੈ ਮਾਂ ਦੇਵੀ ਨੂੰ ਭੋਗ। ਨਰਾਤੇ ਦੇ ਆਉਣ ਦੇ ਨਾਲ ਹੀ ਮਾਂ ਦੁਰਗਾ ਦੇ ਭਗਤਾਂ ਵਿੱਚ ਅਦਭੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਨਰਾਤੇ 3 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੇ ਨੇ। ਇਨ੍ਹੀਂ ਦਿਨਾਂ ਚ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਦੇ ਨਾਲ ਨਾਲ ਵਰਤ ਵੀ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ ਨਰਾਤੇ ਦੇ 9 ਦਿਨਾਂ ਦੌਰਾਨ ਦੇਵੀ ਦੁਰਗਾ ਦੀ ਵੱਖ ਵੱਖ ਸ਼ਕਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਦੇਵੀ ਦੁਰਗਾ ਨੂੰ ਵੀ 9 ਦਿਨਾਂ ਦੌਰਾਨ ਵੱਖ ਵੱਖ ਤਰ੍ਹਾਂ ਦੇ ਭੋਗ ਲਗਾਏ ਜਾਂਦੇ ਨੇ। ਆਓ ਜਾਣਦੇ ਹਾਂ ਨਰਾਤੇ ਦੇ 9 ਦਿਨਾਂ ਦੌਰਾਨ ਦੇਵੀ ਮਾਂ ਨੂੰ ਕਿਹੜਾ ਭੋਗ ਸਭ ਤੋਂ ਵਧੀਆ ਰਹੇਗਾ। ਨਰਾਤੇ ਦਾ ਪਹਿਲਾ ਦਿਨ, ਨਰਾਤੇ ਦੇ ਪਹਿਲੇ ਦਿਨ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਪਰਵਤ ਰਾਜ ਹਿਮਾਲਿਆ ਦੀ ਪੁੱਤਰੀ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੀਆਂ ਸਿੱਧੀਆਂ ਆਪਣੇ ਆਪ ਜਾਗਰੂਕ ਹੋ ਜਾਂਦੀਆਂ ਨੇ ਅਤੇ ਇਨ੍ਹੀਂ ਦਿਨ ਗਾਂ ਦਾ ਘਿਓ ਤੋਂ ਬਣੇ ਪਦਾਰਥ ਚੜਾਏ ਜਾਂਦੇ ਨੇ। ਅਜਿਹਾ ਕਰਨ ਨਾਲ ਵਿਅਕਤੀ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।